ਗੁਰੂ ਨਾਨਕ ਦੇਵ ਜੀ ਮਹਾਰਾਜ ਮਨੁੱਖਤਾ ਦਾ ਭਲਾ ਕਰਦੇ ਹੋਏ ਸੰਗਰੂਰ ਦੀ ਧਰਤੀ ਤੇ ਪਹੁੰਚੇ ਜਿੱਥੇ ਅੱਜ ਕੱਲ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਸਿशोਭਿਤ ਹੈ ਇੱਥੇ ਗੁਰੂ ਜੀ 15 ਦਿਨ ਰੁਕੇ ਸਨ ਇੱਕ ਦਿਨ ਗੁਰੂ ਜੀ ਬੈਠੇ ਸਨ ਕਿ ਅਚਾਨਕ ਬਹੁਤ ਹਨੇਰੀ ਚੱਲਣ ਲੱਗੀ ਜਿਹੜੀ ਬੜੀ ਭੈਦਾਇਕ ਅਤੇ ਗੇਰੂ ਦੇ ਰੰਗਾਂ માં ਲਾਲ ਸੀ ਹਵਾ ਦਾ ਵੱਡਾ ਜ਼ੋਰ ਸੀ ਕੰਕਰ ਅਤੇ ਧੂੜ ਉੱਡਣ ਕਰਕੇ ਹਨੇਰਾ ਛਾ ਗਿਆ ਸੀ ਦਰਖਤ ਵੀ ਉਸਦੇ ਨਾਲ ਹੀ ਉੱਡ ਕੇ ਜਾ ਰਹੇ ਸਨ ਅਤੇ ਗਰਦੋਗਬਰ ਉੱਡਣ ਨਾਲ ਹਨੇਰਾ ਹੋ ਗਿਆ ਸੀ ਹੱਥ ਪਸਾਰਿਆਂ ਵੀ ਦਿਸਦਾ ਨਹੀਂ ਸੀ ਅਤੇ ਦੁੱਖ ਬਹੁਤ ਵੱਧ ਗਿਆ ਸੀ ਜਦ ਭਾਈ ਮਰਦਾਨੇ ਨੇ ਉਸ ਤਰਫ਼ ਵੇਖਿਆ ਤਾਂ ਉਹ ਆਪਣੇ ਦਿਲ ਵਿੱਚ ਬਹੁਤ ਡਰਿਆ ਆਪਣੇ ਮੁਖ ਤੇ ਕਪੜਾ ਲੈ ਲਿਆ ਤੇ ਵਿਆਕੁਲ ਹੋ ਕੇ ਧਰਤੀ ਤੇ ਲੇਟ ਗਿਆ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਭਾਈ ਮਰਦਾਨੇ ਨੇ ਕਿਹਾ ਵੱਡੇ ਜੰਗਲ ਵਿੱਚ ਲਿਆ ਕੇ ਸਾਨੂੰ ਮਾਰਿਆ ਹੈ ਕਬਰ ਅਤੇ ਕਾਫਨ ਤੋਂ ਵੀ ਅਸੀਂ ਵਾਂਝੇ ਰਹਿ ਗਏ ਹਾਂ ਇੱਥੇ ਆ ਕੇ ਬਹੁਤ ਦੁੱਖ ਪਾਇਆ ਹੈ ਗੁਰੂ ਜੀ ਨੇ ਮੁਸਕਰਾ ਕੇ ਧੀਰੇ ਹੀ ਦਿੱਤਾ हे ਮਰਦਾਨੇ ਤੂੰ ਕਿਉਂ ਪੈ ਕੀਤਾ ਹੈ ਤੇਰੇ ਨੇੜੇ ਕੋਈ ਨਹੀਂ ਆਵੇਗਾ ਤੂੰ ਇੰਨਾ ਅधीर ਕਿਉਂ ਹੋ ਗਿਆ ਹੈ ਭਾਈ ਮਰਦਾਨੇ ਨੇ ਕਿਹਾ हे ਪ੍ਰਭੂ ਜੀ ਮੈਨੂੰ ਬਹੁਤ ਕੰਬਾ ਛਿੜ ਗਿਆ ਹੈ ਮੈਂ ਅਜੇ ਹੀ ਸੀਤ ਪਹਿਲਾਂ ਕਦੇ ਨਹੀਂ ਵੇਖੀ ਜੀਵਨ ਲੈਣ ਵਾਸਤੇ ਇਹ ਹਨੇਰੀ ਆਈ ਹੈ ਮੇਰੀ ਤਾਂ ਉਮਰ ਹੋਣ ਪੂਰੀ ਹੋ ਗਈ ਲੱਗਦੀ ਹੈ ਫਿਰ ਇੱਕ ਦੈਂਤ ਦੇ ਧਾਰ ਕੇ ਆ ਗਿਆ ਉਸ ਦਾ ਸਿਰ ਆਕਾਸ਼ ਨੂੰ ਲੱਗਾ ਹੋਇਆ ਸੀ ਤੇ ਪੈਰ ਪਤਾਲ ਨੂੰ ਝੂਰ ਰਹੇ ਸਨ ਉਸ ਦੇ ਬਹੁਤ ਵੱਡੇ ਵੱਡੇ ਦੰਦ ਸਨ ਅਤੇ ਭਿਆਨਕ ਰੂਪ ਸੀ ਉਸ ਦੀਆਂ ਨਾਸਾਂ ਅੰਨੇ ਖੂ ਵਰਗੀਆਂ ਸਨ ਮੂੰਹ ਖੋਲ ਕੇ ਭਾਈ ਮਰਦਾਨੇ ਵੱਲ ਵੇਖਿਆ ਤਾਂ ਹਿਰਦੇ ਵਿੱਚ ਬਹੁਤ ਭੈਪੀਤ ਹੋ ਗਿਆ ਜਦੋਂ ਭਾਈ ਮਰਦਾਨੇ ਨੇ ਉਸ ਵੱਲ ਵੇਖਿਆ ਤਾਂ ਹਿਰਦੇ ਵਿੱਚ ਬਹੁਤ ਪੈਪੀਤ ਹੋ ਗਿਆ ਕਹਿ ਲਗਾ ਉਸ ਹਨੇਰੀ ਤੋਂ ਤਾਂ ਬਚ ਗਏ ਸੀ ਹੁਣ ਇਸ ਦੈਤ ਤੋਂ ਕਿਵੇਂ ਬਚਾਂਗੇ ਗੁਰੂ ਜੀ ਨੇ ਕਿਹਾ ਇਹ ਕੁਝ ਨਹੀਂ ਹੈ ਨੇੜੇ ਨਹੀਂ ਆਵੇਗਾ ਦੂਰ ਹੀ ਰਹੇਗਾ ਵਾਹਿਗੁਰੂ ਕਹਿ ਕੇ ਧੀਰੇ ਰੱਖੋ ਉਸ ਤੋਂ ਰਤਾ ਜਿੰਨਾ ਵੀ ਡਰਨਾ ਵਿਚਾਰੋ ਕਾਲ ਯੁਗ ਨੇ ਅਗਨੀ ਦਾ ਭੇਸ ਤਨ ਵਿੱਚ ਧਾਰਨ ਕੀਤਾ ਹੈ ਚਾਰੇ ਪਾਸੇ ਬਹੁਤ ਵੱਡਾ ਧੂਆਂ ਉੱਠਿਆ ਹੈ ਭਾਈ ਮਰਦਾਨਾ ਮੂੰਹ ਟਾਕੇ ਪਿਆ ਰਹਾ ਅਚਾਰਜ ਵੇਖ ਕੇ ਮਨ ਵਿੱਚ ਬਹੁਤ ਭੈ ਮੰਨਿਆ ਅਗਨੀ ਭੇਖ ਨੂੰ ਛੱਡ ਕੇ ਫਿਰ ਬਹੁਤ ਵੱਡਾ ਬੱਦਲ ਬਣ ਗਿਆ ਗੁਰੂ ਜੀ ਦੀ ਪਰਖ ਕਰਨ ਹਿਤ ਕਾਲ ਯੁਗ ਉੱਥੇ ਆਇਆ ਸੀ ਕਾਲੀ ਘਟਾ ਰਾਤ ਵਰਗੀ ਕਾਲੀ ਸੀ ਬਿਜਲੀਆਂ ਇੰਜ ਚਮਕਦੀਆਂ ਸਨ ਮਾਨੋ ਕਿਰਪਾਨਾਂ ਚਮਕਦੀਆਂ ਹੋਣ ਗੜਿਆਂ ਤੇ ਕਕਰ ਦੀ ਵਿਸ਼ਾਲ ਬਾਰਿਸ਼ ਹੋ ਰਹੀ ਸੀ ਉਸ ਸਮੇਂ ਗੜੇ ਪੱਥਰਾਂ ਵਾਂਗ ਭਾਰੀ ਸਨ ਧੀਰੇ ਧਾਰਨ ਕਰਕੇ ਗੁਰੂ ਜੀ ਨੇ ਉੱਥੇ ਸ਼ੋਭਾ ਪਾਈ ਉਨਰ ਦੇ ਨੇੜੇ ਹੋ ਕੇ ਕੋਈ ਛੋਹ ਵੀ ਨਾ ਸਕਿਆ ਤਦ ਕਾਲੀ ਯੁਗ ਨੂੰ ਨਿਸ਼ਚਾ ਹੋ ਗਿਆ ਕਿ ਇਹ ਗੁਣਾ ਦੀ ਖਾਨ ਪ੍ਰਭੂ ਅਵਤਾਰ ਹਨ ਫਿਰ ਮਨੁੱਖ ਰੂਪ ਧਾਰਨ ਕਰਕੇ ਆਇਆ ਅਤੇ ਆਪਣੇ ਮੁਖ ਵਿੱਚੋਂ ਬਹੁਤ ਅੱਗ ਕੱਢੀ ਸੋਨੇ ਦੀ ਦੇਹ ਨੂੰ ਸਵਾਰਿਆ ਇੱਕ ਹੱਥ ਵਿੱਚ ਜੀਭ ਧਾਰਨ ਕੀਤੀ ਹੋਈ ਸੀ ਲਿੰਗ ਨੂੰ ਦੂਸਰੇ ਹੱਥ ਵਿੱਚ ਫੜਿਆ ਹੋਇਆ ਸੀ ਫਿਰ ਗੁਰੂ ਜੀ ਦੇ ਸਾਹਮਣੇ ਆਇਆ ਗੁਰੂ ਜੀ ਨੇ ਖੁਸ਼ ਹੋ ਕੇ ਕਿਹਾ ਭਾਈ ਮਰਦਾਨੇ ਉੱਠ ਕੇ ਤਮਾਸ਼ਾ ਵੇਖ ਸਾਵਧਾਨ ਹੋ ਕੇ ਧੀਰੇ ਝ ਧਾਰਨ ਕਰੋ ਮਾੜੇ ਜਿਹੇ ਡਰ ਨੂੰ ਵੀ ਵਿਚਾਰ ਵਿੱਚ ਨਾ ਲਿਆਓ ਕਾਲ ਯੁਗ ਨੇ ਆ ਕੇ ਬੰਦਨਾ ਕੀਤੀ ਅਤੇ ਆਪਣੇ ਅਪਰਾਧ ਵਿਚਾਰ ਕੇ ਬੋਲਿਆ ਮੈਂ ਜਿਹੜੀ ਗਲਤੀ ਕੀਤੀ ਹੈ ਉਸ ਨੂੰ ਬਖਸ਼ ਦਿਓ ਮੈਂ ਆਪ ਜੀ ਦੇ ਮਹਿਮਾ ਨੂੰ ਨਹੀਂ ਸੀ ਜਾਣ ਸਕਿਆ ਹੁਣ ਇਸ ਸਮੇ ਮੇਰੀ ਸਰਦਾਰੀ ਹੈ ਤੁਸੀਂ ਆਪਣੀ ਕਿਰਪਾ ਧਾਰ ਕੇ ਮੈਨੂੰ ਦਿੱਤੀ ਹੈ ਹੁਣ ਮੈਂ ਮਰਦ ਜੈਸੇ ਲੱਛਣ ਕਰ ਰਿਹਾ ਹਾਂ ਉਸ ਤਰ੍ਹਾਂ ਦਾ ਭੇਸ ਧਾਰ ਕੇ ਮੈਂ ਆ ਰਿਹਾ ਹਾਂ ਸ਼ੋਭ ਗੁਣ ਮੈਂ ਸਾਰੇ ਛੱਡ ਦਿੱਤੇ ਹਨ ਦੋਵੇਂ ਸਵਾਦਾਂ ਵਾਲੀਆਂ ਇੰਦਰੀਆਂ ਵਸ ਕੀਤੀਆਂ ਹੋਈਆਂ ਹਨ ਕਿਸ ਕਰਕੇ ਰਸਾਂ ਦਾ ਸਵਾਦ ਲਾਇਆ ਹੈ ਮਨੁੱਖ ਲਿੰਗ ਸਵਾਦ ਦੇ ਵਸ ਵਿੱਚ ਹੋ ਜਾਂਦਾ ਹੈ ਮਾਤਾ ਪਿਤਾ ਅਤੇ ਗੁਰੂ ਦੀ ਸ਼ਰਮ ਛੱਡ ਕੇ ਇਸ ਦੇ ਵਸ ਵਿੱਚ ਹੋ ਕੇ ਇਸ ਨਾਲ ਪ੍ਰੇਮ ਪਾ ਲੈਂਦਾ ਹੈ ਇਸ ਤੋਂ ਵੀ ਮੇਰੀ ਮਤ ਉਲਟ ਹੈ ਮੈਂ ਨਿਰਪੈ ਹੋ ਕੇ ਤੁਹਾਡੇ ਨਾਲ ਛਲ ਕੀਤਾ ਹੈ ਖਿਮਾ ਕਰਨਾ ਹੀ ਤੁਹਾਡੀ ਬਿਰਦ ਹੈ ਤੁਸੀਂ ਪਰਮਪੁਰਖ ਮਹਾਦਿਆਲੂ ਹੋ ਇਹ ਸੁਣ ਕੇ ਗੁਰੂ ਜੀ ਬੋਲੇ ਤੇਰਾ ਕੀ ਨਾਂ ਹੈ ਅਤੇ ਕਿਹੜਾ ਤੇਰਾ ਦੇਸ਼ ਹੈ ਕਿਸ ਕੰਮ ਇੱਥੇ ਚੱਲ ਕੇ ਆਇਆ ਹੈ ਇਸ ਪ੍ਰਕਾਰ ਕਿਉਂ ਕਪਟ ਵਿਖਾ ਲਿਆ ਹੈ ਹੇ ਗੁਰੂ ਜੀ ਮੇਰਾ ਨਾਮ ਕਾਲਯੁਗ ਹੈ ਤੁਹਾਡੇ ਦਰਸ਼ਨ ਕਰਨਾ ਹੀ ਮੇਰਾ ਕੰਮ ਸੀ ਆਪ ਜੀ ਨੂੰ ਮੈਂ ਨਮਸਕਾਰ ਕਰਨ ਆਇਆ ਹਾਂ ਤੁਹਾਨੂੰ ਪਰਖਣ ਵਾਸਤੇ ਮੈਂ ਕਪਟ ਵਿਖਾਇਆ ਹੈ ਗੁਰੂ ਜੀ ਨੇ ਕਿਹਾ ਆਪਣੇ ਲੱਛਣ ਦੱਸੋ ਤੁਹਾਡੇ ਨਾਲ ਚਤੁਰ ਸੈਨਾ ਕਿੱਥੇ ਹੈ ਤੇਰੀ ਕਿਸ ਪ੍ਰਕਾਰ ਦੀ ਸਰਦਾਰੀ ਹੈ ਇਹ ਸੁਣ ਕੇ ਫਿਰ ਕਲਯੁਗ ਨੇ ਕਿਹਾ ਝੂਠ ਰੂਪੀ ਸੂਰਮੇ ਅੱਗੇ ਗਏ ਹਨ ਚਲਦਿਆਂ ਵੱਡਾ ਤਵਾਜ ਹੱਥ ਵਿੱਚ ਫੜਿਆ ਹੋਇਆ ਹੈ ਮੋਹ ਨਾਮ ਦਾ ਸੂਰਮਾ ਸਾਰਿਆਂ ਦਾ ਮਹਾਰਾਜਾ ਹੈ ਉਸ ਦੇ ਸੈਨਾਪਤੀ ਦਾ ਨਾਮ ਹਿੰਸਾ ਹੈ ਜੋ ਬਹੁਤ ਬਲਵਾਨ ਹੈ ਕਾਮ, ਕ੍ਰੋਧ, ਲੋਭ ਅਤੇ ਅਹੰਕਾਰ ਸਾਡੇ ਵੱਡੇ ਯੋਧੇ ਹਨ ਅਤੇ ਹਾਥੀਆਂ ਤੇ ਚੜੇ ਹੋਏ ਹਨ ਚਤੁਰ ਨਿੰਦਿਆ ਵੱਡੀ ਤਾੜਵੀ ਹੈ ਤ੍ਰਿਸ਼ਨਾ ਤੇ ਹੋਰ ਯੋਧੇ ਰੱਥਾਂ ਉੱਤੇ ਸਵਾਰ ਹਨ ਆਲਸੀ ਅਤੇ ਜੂਏਬਾਜ਼ ਸ਼ਰਾਬ ਪਿੰਦੇ ਹਨ ਦੁਰਾਚਾਰ ਆਦ ਸਾਰੇ ਘੋੜਿਆਂ ਤੇ ਚੜ੍ਹੇ ਹਨ ਮਮਤਾ ਵਿਸ਼ੇ ਵਿਕਾਰ ਆਸ਼ਾ ਅਤੇ ਚੋਰੀ ਪੈਦਲ ਹੀ ਜਾ ਰਹੇ ਹਨ ਹੋਰ ਇਹਨਾਂ ਦੀ ਕੀ ਗਿਣਤੀ ਕਰਾਂ ਇਹ ਜਿਹੜੀ ਮੇਰੀ ਜੋ ਚਾਰ ਪ੍ਰਕਾਰ ਦੀ ਸੈਨਾ ਹੈ ਜਿਸ ਪਾਸੇ ਵੀ ਚੜ੍ਹ ਕੇ ਦੌੜਦੀ ਹੈ ਮਾਰ-ਮਾਰ ਕੇ ਲੋਕਾਂ ਨੂੰ ਬੇਚੈਨ ਕਰ ਦਿੰਦੀ ਹੈ ਇਹਨਾਂ ਦੇ ਅੱਗੇ ਕੋਈ ਵੀ ਸਥਿਰ ਨਹੀਂ ਰਹਿ ਸਕਦਾ ਕਰੋੜਾਂ ਵਿੱਚੋਂ ਕੋਈ ਵਿਰਲਾ ਹੀ ਬਚ ਸਕਦਾ ਹੈ ਇਹਨਾਂ ਨੇ ਸਾਰੇ ਜਗਤ ਨੂੰ ਲੇਥੂ ਪੇਥੂ ਕੀਤਾ ਹੈ ਕਿਸੇ ਵਿੱਚ ਵੀ ਧੀਰੇ ਹੀ ਨਹੀਂ ਦਿਸਦਾ ਕਰੋਨਾ ਕਿੱਲਿਆਂ ਵਿੱਚ ਬੈਠੇ ਚੜ-ਚੜ ਮਾਰ ਦਿੰਦੇ ਹਨ ਕੋਈ ਵੀ ਅੱਗੇ ਖੜਾ ਨਹੀਂ ਹੋ ਸਕਿਆ ਸਭ ਹਾਰ ਗਏ ਹਨ ਦੰਬਨਾ ਦਾ ਜਿਹੜਾ ਮੇਰਾ ਯੋਧਾ ਹੈ ਉਸ ਨੇ ਹਿਰਦੇ ਵਿੱਚ ਕਰੋਧ ਧਾਰਨ ਕਰਕੇ ਦਿਗਵੇਜਾ ਪ੍ਰਾਪਤ ਕੀਤੀ ਹੈ ਭਾਵ ਸਾਰੀ ਦੁਨੀਆ ਜਿੱਤ ਲਈ ਹੈ ਆਪਣੇ ਸਾਰੇ ਸਹਾਇਕ ਨਾਲ ਲੈ ਕੇ ਚੜਿਆ ਹੈ ਜਿਸ ਪਾਸੋਂ ਹੁਣ ਕੋਈ ਥਾਂ ਵੀ ਨਹੀਂ ਬਚਿਆ ਹੈ ਇਸ ਪ੍ਰਕਾਰ ਦੀ ਮੇਰੀ ਸਰਦਾਰੀ ਹੈ ਇਹ ਸੁਣ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਰਾਮਕਲੀ ਮਹੱਲਾ ਪਹਿਲਾ ਜਿਸ ਸਿਕਦਾਰੀ ਤਿਸੇ ਖੁਆਰੀ ਚਾਕਰ ਕੇਹੇ ਡਰਨਾ ਜਾਂ ਸਿਕਦਾਰਾ ਪਾਵੈ ਜੰਜੀਰੀ ਤਾਂ ਚਾਕਰ ਹੱਥੋਂ ਮਰਨਾ ਜਿਸ ਪਾਸ ਸਰਦਾਰੀ ਹੁੰਦੀ ਹੈ ਉਹੀ ਖੁਆਰ ਹੁੰਦਾ ਹੈ ਨੌਕਰ ਨੂੰ ਡਰਨ ਦੀ ਕੀ ਲੋੜ ਹੈ ਜਦ ਸਰਦਾਰ ਨੂੰ ਜੰਜੀਰਾਂ ਪੈਂਦੀਆਂ ਹਨ ਤਾਂ ਨੌਕਰ ਦੇ ਹੱਥੋਂ ਮਾਰਿਆ ਜਾਂਦਾ ਹੈ ਗੁਰੂ ਜੀ ਨੇ ਕਿਹਾ ਜੇ ਤੂੰ ਜਗ ਦਾ ਸਰਦਾਰ ਬਣਿਆ ਹੈ ਤਾਂ ਅਸੀਂ ਕਰਤਾਰ ਦੇ ਨੌਕਰ ਹਾਂ ਜਾਂ ਤੂੰ ਲੇਖਾ ਦੇਵੇਂਗਾ ਤਾਂ ਸਾਡੇ ਵਸ ਵਿੱਚ ਹੋਵੇਂਗਾ ਇਹ ਸੁਣ ਕੇ ਕਾਲਯੁਗ ਨੇ ਬੰਦਨਾ ਕੀਤੀ ਅਤੇ ਦੀਨ ਹੋ ਕੇ ਇਸ ਤਰ੍ਹਾਂ ਬੋਲਿਆ ਇਸੇ ਕਰਕੇ ਮੈਂ ਤੁਹਾਡੇ ਪਾਸ ਆਇਆ ਹਾਂ ਤੁਸੀਂ ਪ੍ਰਭੂ ਅਵਤਾਰ ਹੋ ਤੇ ਇਸ ਦੁਨੀਆ ਵਿੱਚ ਨਾਨਕ ਨਾਮ ਧਰਾਇਆ ਹੈ ਤੁਹਾਡੇ ਅਤੇ ਕਰਤਾਰ ਵਿੱਚ ਕੋਈ ਭੇਦ ਨਹੀਂ ਹੈ ਤੁਸੀਂ ਆਪ ਏਕੰਕਾਰ ਹੋ ਅਤੇ ਦੇਵਤਿਆਂ ਦੇ ਸੁਆਮੀ ਹੋ ਬੇਟਾ ਲੈ ਕੇ ਮੇਰੇ ਤੇ ਕਿਰਪਾ ਕਰੋ ਮੈਂ ਬਹੁਤ ਗੁਨਾਹ ਕੀਤੇ ਹਨ ਉਹਨਾਂ ਨੂੰ ਮਾਫ ਕਰ ਦਿਓ ਸੋਨੇ ਦੇ ਮਹਿਲ ਜਿਨ੍ਹਾਂ ਵਿੱਚ ਸੁੰਦਰ ਰਤਨ ਜੜੇ ਹੋਏ ਹਨ ਹੀਰਿਆਂ ਮੋਤੀਆਂ ਦੇ ਸੁੰਦਰ ਬੰਧਨਵਾਰ ਲਟਕ ਰਹੇ ਹਨ ਅਤੇ ਭਿੰਨ ਭਿੰਨ ਸੁਗੰਧਾਂ ਆ ਰਹੀਆਂ ਹਨ ਕਸਤੂਰੀ ਅਤੇ ਕੇਸਰ ਦਾ ਛਿੜਕਾ ਕੀਤਾ ਹੋਇਆ ਹੈ ਅਤੇ ਚੰਦਨ ਦੀ ਸ਼ੋਭ ਲਪਾਈ ਕੀਤੀ ਹੋਈ ਹੈ ਬੈਠਦਿਆਂ ਹੀ ਮਨ ਪ੍ਰਸੰਨ ਹੋ ਜਾਂਦਾ ਹੈ ਇਸ ਪ੍ਰਕਾਰ ਦਾ ਸੁੰਦਰ ਘਰ ਹੈ ਹੁਣੇ ਹੀ ਉਹਨਾਂ ਮਹਿਲਾਂ ਵਿੱਚ ਚਲੋ ਜੇ ਤੁਹਾਡੀ ਇੱਛਾ ਹੋਵੇ ਤਾਂ ਉਹਨਾਂ ਮਹਿਲਾਂ ਨੂੰ ਇੱਥੇ ਹੀ ਲਿਆਵਾਂ ਹੇ ਗੁਰੂ ਜੀ ਇਹ ਮੇਰੀ ਭੇਟ ਸਵੀਕਾਰ ਕਰੋ ਇਹ ਸੁਣ ਕੇ ਗੁਰੂ ਜੀ ਨੇ ਬਾਣੀ ਦਾ ਉਚਾਰਨ ਕੀਤਾ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਸੇਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੇ ਨਾਉ ਕੀ ਮੈਂ ਹੀਰੇ ਜਵਹਰਾਤਾਂ ਨਾਲ ਜੜੇ ਲਾਲਾਂ ਦੇ ਬਣੇ ਹੋਏ ਮਹਿਲ ਜਿਹੜੇ ਕਸਤੂਰੀ ਕੇਸਰ ਅਤੇ ਚੰਦਨ ਤੇ ਸੰਦਲ ਦੀ ਲੱਕੜੀ ਦੇ ਬਰਾਦੇ ਨਾਲ ਲਿਪੇ ਹੋਏ ਹਨ ਅਤੇ ਜਿਹੜੇ ਮਨ ਵਿੱਚ ਤੀਬਰ ਉਮੰਗ ਪੈਦਾ ਕਰ ਦੇਣ ਵਾਲੇ ਹਨ ਲੈ ਲਵਾਂ ਨਹੀਂ ਕਿਤੇ ਐਸਾ ਨਾ ਹੋਵੇ ਕਿ ਇਹਨਾਂ ਨੂੰ ਵੇਖ ਕੇ ਮੈਂ ਗਰਾਹੇ ਪੈ ਜਾਵਾਂ ਹੇ ਵਾਹਿਗੁਰੂ ਜੀ ਕਿ ਮੈਂ ਤੈਨੂੰ ਭੁੱਲ ਜਾਵਾਂ ਅਤੇ ਤੇਰਾ ਨਾਮ ਮੇਰੇ ਅੰਦਰ ਪ੍ਰਵੇਸ਼ ਨਾ ਕਰੇ ਵਾਹਿਗੁਰੂ ਤੋਂ ਬਗੈਰ ਮੇਰੀ ਆਤਮਾ ਸੁੱਕ ਸੜ ਜਾਂਦੀ ਹੈ ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖਿਆ ਹੈ ਹੋਰ ਕੋਈ ਥਾਂ ਨਹੀਂ ਹੈ ਫਿਰ ਕਾਲਯੁਗ ਨੇ ਕਿਹਾ ਜੇ ਤੁਸੀਂ ਇਹ ਨਹੀਂ ਲੈਣਾ ਚਾਹੁੰਦੇ ਹੋ ਸਾਰੀਆਂ ਅਪਛਰਾਵਾਂ ਲੈ ਲਵੋ ਜਿਨ੍ਹਾਂ ਦੀਆਂ ਸ਼ਕਲਾਂ ਬਹੁਤ ਸੁੰਦਰ ਹਨ ਜਿਨ੍ਹਾਂ ਦੇ ਅਤ ਸੁੰਦਰ ਸਰੀਰ ਹਨ ਉਹਨਾਂ ਨਾਲ ਰਸ ਰੀਤੀ ਦਾ ਵਿਵਹਾਰ ਕਰੋ ਉੱਥੇ ਸੁੰਦਰ ਪਲੰਗ ਵਿਛੇ ਹਨ ਜਿਹੜੇ ਸੁੰਦਰ ਲਾਲਾਂ ਨਾਲ ਜੜੇ ਹਨ ਜਿੰਨਾ ਮਰਜੀ ਸਮਾਂ ਉੱਥੇ ਰਹੋ हे ਗੁਣਾ ਦੀ ਖਾਨ ਇਹ ਮੇਰੀ ਭੇਟਾ ਸਵੀਕਾਰ ਕਰੋ ਇਹ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤੇ ਸ੍ਰੀ ਮੁਖਵਾਕ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਮੋਹਣੀ ਮੁਖ ਮਣੀ ਸੋਹ ਹੈ ਕਾਰਾ ਰੰਗ ਪਸਾਓ ਮਤ ਦੇਖ ਭੂਲਾ ਵਿਸਰਾ ਤੇਰਾ ਚਿਤ ਨਾ ਆਵੇ ਨਾਉ ਭਾਵੇਂ ਫਰਸ਼ ਰਤਨਾ ਤੇ ਹੀਰਿਆਂ ਨਾਲ ਪੂਰਾ ਜੜਿਆ ਹੋਵੇ ਪਲੰਗ ਪੰਨਿਆਂ ਸਬਜ਼ਿਆਂ ਨਾਲ ਮੜਿਆ ਹੋਵੇ ਅਤੇ ਮਣਕ ਨਾਲ ਸਜੇ ਹੋਏ ਚਿਹਰੇ ਵਾਲੀ ਦਿਲ ਚੁਰਾਉਣ ਵਾਲੀ ਹੂਰਾ ਭਰੀ ਪਿਆਰ ਤੇ ਦਿਲ ਖਿੱਚਵੇਂ ਇਸ਼ਾਰਿਆਂ ਨਾਲ ਮੈਨੂੰ ਪਲੰਗ ਉੱਤੇ ਸੱਦੇ ਇਤੇ ਐਸਾ ਨਾ ਹੋਵੇ ਕਿ ਉਹਨਾਂ ਨੂੰ ਵੇਖ ਕੇ ਮੈਂ ਰਾਹ ਭੁੱਲ ਜਾਵਾਂ ਅਤੇ ਪ੍ਰਭੂ ਤੇਨੂੰ ਵਿਸਰ ਜਾਵਾਂ ਤੇਰੇ ਨਾਮ ਦਾ ਸਿਮਰਨ ਨਾ ਕਰਾਂ ਕਾਲਯੁਗ ਬਾਅਦ ਵਿੱਚ ਬੋਲਿਆ ਜੇ ਤੁਹਾਨੂੰ ਇਹਨਾਂ ਦੀ ਚਾਹਤ ਨਹੀਂ ਹੈ ਤਾਂ ਚਾਹੇ ਨੌ ਨਦੀਆਂ ਅਤੇ 18 ਸਿੱਧੀਆਂ ਲੈ ਲਵੋ 18 ਸਿੱਧੀਆਂ ਚਾਹੇ ਗੁਪਤ ਹਨ ਚਾਹੇ ਪ੍ਰਗਟ ਹਨ ਜਿੱਥੇ ਚਾਹੋ ਤੁਸੀਂ ਸੁਖੀ ਸੁਖੀ ਫੇਰੋ ਤੁਹਾਨੂੰ ਕੋਈ ਰੋਕੇਗਾ ਨਹੀਂ ਸਭ ਲੋਕ ਤੁਹਾਹਤੋਂ ਡਰਨਗੇ ਅਤੇ ਚਿਤ ਲਾ ਕੇ ਤੁਹਾਡੇ ਚਰਨਾਂ ਦੀ ਪੂਜਾ ਕਰਨਗੇ ਮੇਰੇ ਵੱਲੋਂ ਇਹ ਭੇਟ ਪ੍ਰਾਪਤ ਕਰੋ ਜੀ ਇਹ ਸੁਣ ਕੇ ਸ੍ਰੀ ਗੁਰੂ ਜੀ ਨੇ ਬਚਨ ਕੀਤੇ ਸ੍ਰੀ ਮੁਖਵਾਕ ਸਿੱਧ ਹੋਵਾਂ ਸਿੱਧ ਲਈ ਰਿੱਧ ਆਖਾਂ ਆਓ ਗੁਪਤ ਪ੍ਰਗਟੂ ਹੋਏ ਵੈਸਾ ਲੋਕ ਰਾਖਾ ਭਾਓ ਮਤ ਦੇਖ ਭੂਲਾ ਵਿਸਰਾ ਤੇਰਾ ਚਿਤ ਨਾ ਆਵੇ ਨਾਉ ਸਿੱਧ ਬਣ ਕੇ ਜੇ ਮੈਂ ਕਰਮਾਤਾ ਕਰਾਂ ਅਤੇ ਧਨ ਸੰਪਦਾ ਨੂੰ ਹੁਕਮ ਦੇ ਕੇ ਸਾਧ ਲਵਾਂ ਅਤੇ ਜੇ ਮੈਂ ਮਰਜ਼ੀ ਅਨੁਸਾਰ ਅਲੋਪ ਤੇ ਪਰਤਖ ਹੋ ਜਾਵਾਂ ਜਿਸ ਕਰਕੇ ਜਨਤਾ ਮੇਰਾ ਆਦਰ ਤੇ ਮਾਣ ਕਰੇ ਕਿਤੇ ਐਸਾ ਨਾ ਹੋਵੇ ਕਿ ਉਹਨਾਂ ਨੂੰ ਤੱਕ ਕੇ ਮੈਂ ਵਾਹਿਗੁਰੂ ਨੂੰ ਭੁੱਲ ਜਾਵਾਂ ਅਤੇ ਉਸ ਦੇ ਨਾਮ ਦਾ ਸਿਮਰਨ ਨਾ ਕਰਾਂ ਕਾਲ ਯੁਗ ਨੇ ਫੇਰ ਕਿਹਾ ਜਗਤ ਦੀ ਬਾਦਸ਼ਾਹੀ ਲੈ ਲਓ ਆਪਣੇ ਮਨ ਭਾਉ ਦੇ ਹੁਕਮ ਚਲਾਓ ਅਤੇ ਆਪਣੇ ਚਰਨ ਸਿੰਘਾਸਨ ਤੇ ਰੱਖੋ ਜਾਦ ਤਖਤ ਤੇ ਬੈਠੋਗੇ ਤਾਂ ਸਾਰਾ ਜਗਤ ਤੁਹਾਡੀ ਈਨ ਮੰਨੇਗਾ ਬਿਆੰਤ ਸੇਨਾ ਲੈ ਕੇ ਆਪਣਾ ਮਹਾਨ ਪ੍ਰਤਾਪ ਬਣਾਓ ਏ ਮਾਲਕ ਜੀ ਇਹ ਭੇਟ ਹੁਣੇ ਲੈ ਕੇ ਮੇਰੇ ਤੇ ਕਿਰਤਾਰਥ ਕਰੋ ਫਿਰ ਗੁਰੂ ਜੀ ਨੇ ਕਲਯੁਗ ਨਾਲ ਸ਼ਬਦ ਦੀ ਅਗਲੀ ਪੌੜੀ ਕਹੀ ਸ਼੍ਰੀ ਮੁਖਵਾਕ ਸੁਲਤਾਨ ਹੋਵਾ ਮੇਲ ਅਲਸਕਰ ਤਖਤ ਰਾਖਾ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ ਮਤ ਦੇਖ ਭੂਲਾ ਵਿਸਰਾ ਤੇਰਾ ਚੇਤਨਾ ਆਵੇ ਨਾਉ ਜੇ ਮੈਂ ਵੱਡਾ ਰਾਜਾ ਬਣ ਜਾਵਾਂ ਭਾਰੀ ਸੈਨਾ ਇਕੱਠੀ ਕਰ ਲਵਾਂ ਅਤੇ ਰਾਜ ਸਿੰਘਾਸਨ ਉੱਤੇ ਆਪਣਾ ਪੈਰ ਟਕਾ ਲਵਾਂ ਅਤੇ ਤਖਤ ਉੱਤੇ ਬਹਿ ਕੇ ਜੇ ਮੈਂ ਹੁਕਮ ਜਾਰੀ ਕਰਾਂ ਅਤੇ ਮਾਲੀਆ ਉਗਰਾਹਾਂ हे ਨਾਨਕ ਚਿੱਤ ਵਿੱਚ ਸਮਝ ਲੈ ਇਹ ਸਾਰਾ ਕੁਝ ਹਵਾ ਦੇ ਭੁੱਲੇ ਵਾਂ ਲੰਘ ਜਾਣ ਵਾਲਾ ਹੈ ਕਿਤੇ ਐਸਾ ਨਾ ਹੋਵੇ ਕਿ ਉਹਨਾਂ ਨੂੰ ਤੱਕ ਕੇ ਮੈਂ ਆਪਾ ਭੁੱਲ ਜਾਵਾਂ ਅਤੇ ਤੈਨੂੰ ਵਿਸਰ ਜਾਵਾਂ ਅਤੇ ਤੇਰੇ ਨਾਮ ਦਾ ਸਿਮਰਨ ਛੱਡ ਦਿਆਂ ਫਿਰ ਕਾਲਯੁਗ ਬੜਾ ਦੀਨ ਹੋ ਕੇ ਬੋਲਿਆ ਹੇ ਗੁਰੂ ਜੀ ਤੁਸੀਂ ਹਰ ਤਰ੍ਹਾਂ ਨਾਲ ਨੇ ਪੁੰਨ ਹੋ ਮੇਰੇ ਸਮੇ ਵਿੱਚ ਅਵਤਾਰ ਲਿਆ ਹੈ ਮਨੁੱਖਾਂ ਦਾ ਉਧਾਰ ਕਰਨ ਵਾਸਤੇ ਤੁਸੀਂ ਮਨੁੱਖਾ ਜਾਮਾ ਧਾਰਨ ਕੀਤਾ ਹੈ ਹੁਣ ਮੈਂ ਆਪ ਜੀ ਦੇ ਚਰਨਾਂ ਪਾਸ ਆ ਕੇ ਮਿਲਿਆ ਹਾਂ ਹੇ ਸੁੱਖਾਂ ਦੀ ਰਾਸ ਗੁਰੂ ਜੀ ਇਹ ਮੇਲ ਨਿਸਫਲ ਕਿਉਂ ਹੋਵੇ ਕੋਈ ਤਾਂ ਭੇਟਾ ਮੇਥੋਂ ਲੈ ਲਓ ਮੇਰੀ ਮਨਸਾ ਤੁਸੀਂ ਪੂਰਨ ਨਹੀਂ ਕੀਤੀ ਜੇ ਤੁਸੀਂ ਭੇਟ ਸਵੀਕਾਰ ਕਰੋਗੇ ਤਾਂ ਮੈਂ ਇਹ ਸਮਝਾਂਗਾ ਕਿ ਤੁਹਾਡੀ ਕਿਰਪਾ ਹੋਈ ਹੈ ਨਹੀਂ ਤਾਂ ਮੇਰਾ ਮਨ ਬੜਾ ਦੁਖੀ ਹੋਵੇਗਾ ਮੇਰਾ ਮਨ ਆਪ ਦੀ ਕਿਰਪਾ ਚਾਹੁੰਦਾ ਹੈ ਕਾਲ ਯੁਗ ਦੇ ਬੜੇ ਆਤੁਰ ਬੋਲ ਸੁਣ ਕੇ ਗੁਰੂ ਜੀ ਨੇ ਕਿਰਪਾ ਧਾਰ ਕੇ ਕਿਹਾ ਜੇ ਤੇਰੀ ਭੇਟ ਦੇਣ ਦੀ ਚਾਹ ਹੈ ਤਾਂ ਮੈਨੂੰ ਇਸ ਪ੍ਰਕਾਰ ਦੀ ਭੇਟ ਦਿਓ ਜਿਹੜੇ ਮੇਰੇ ਹਿਤਕਾਰੀ ਸਿੱਖ ਹਨ ਉਹਨਾਂ ਉੱਤੇ ਤੁਹਾਡੀ ਸੈਨਾ ਨੂੰ ਚੜ੍ਹਾਈ ਨਹੀਂ ਕਰਨੀ ਚਾਹੀਦੀ ਨਾਮਦਾਨ ਅਤੇ ਇਸ਼ਨਾਨ ਜੋ ਸਾਰੇ ਹਨ ਇਹਨਾਂ ਤੋਂ ਕਦੇ ਵੀ ਵਿਸਰਨੇ ਨਹੀਂ ਚਾਹੀਦੇ ਤੇਰੀ ਛਾਇਆ ਦਾ ਉਹਨਾਂ ਤੇ ਵਰਤਾਰਾ ਨਹੀਂ ਹੋਣਾ ਚਾਹੀਦਾ ਜਿਨ੍ਹਾਂ ਮੇਰੇ ਪ੍ਰੇਮੀਆਂ ਨੂੰ ਮੇਰੇ ਤੇ ਵਿਸ਼ਵਾਸ ਹੈ ਜੇ ਤੂੰ ਪੇਟ ਦੇਣੀ ਹੀ ਚਾਹੁੰਦਾ ਹੈ ਤਾਂ ਇਹ ਪੇਟ ਦਿਓ ਮੇਰੀ ਸੰਗਤ ਨੂੰ ਦੁਖੀ ਨਾ ਕਰੋ ਕਾਲਯੁਗ ਦੋਵੇਂ ਹੱਥ ਜੋੜ ਕੇ ਬੋਲਿਆ हे ਪ੍ਰਭੂ ਜੀ ਮੈਂ ਤੁਹਾਡੇ ਦੋਵੇਂ ਚਰਨ ਪੂਜ ਕੇ ਕਹਿੰਦਾ ਹਾਂ ਤੁਹਾਡੀ ਆਗਿਆ ਮੇਰੇ ਸਿਰ ਮੱਥੇ ਹੈ ਤਾੜੀ ਆ ਗਿਆ ਮੈਂ ਕਦੇ ਮੋੜ ਨਹੀਂ ਸਕਦਾ ਏ ਏਕੰਕਾਰ ਜਿਹੜੀ ਵੀ ਆ ਗਿਆ ਤੁਸੀਂ ਮੈਨੂੰ ਸੁਣਾ ਕੇ ਕਹੋਗੇ ਉਹਨਾਂ ਸਾਰਿਆਂ ਦੀ ਬੁੱਧੀ ਉਲਟ ਕਰਕੇ ਕੋ ਕਰਮ ਚਲਾ ਦਿਆਂਗਾ ਚੋਰੀ ਯਾਰੀ ਨਿੰਦਾ ਝੂਠ ਲੋਭ ਤ੍ਰਿਸ਼ਨਾ ਵਿੱਚ ਸਾਰੇ ਬਹੁਤ ਜ਼ਿਆਦਾ ਲੰਪਟ ਹਨ ਲੁਟੇਰੇ ਜਿਹੜੇ ਆਪਣੇ ਆਪ ਨੂੰ ਬਹੁਤ ਸੂਰਮੇ ਕਹਾਉਂਦੇ ਹਨ ਚੁਗਲਖੋਰ ਜਿਹੜੇ ਬਹੁਤ ਆਦਰ ਪਾਉਂਦੇ ਹਨ ਜਿਹੜੇ ਬਹੁਤ ਬੋਲਦੇ ਹਨ ਉਹ ਆਪਣੇ ਆਪ ਨੂੰ ਗੁਣੀ ਕਹਾਉਂਦੇ ਹਨ ਜਿਹੜੇ ਸੱਚ ਕਹਿੰਦੇ ਹਨ ਉਹਨਾਂ ਨੂੰ ਮੂਰਖ ਕਹਿੰਦੇ ਹਨ ਜਿਹੜੇ ਗੁਣਵਾਨ ਹਨ ਉਹਨਾਂ ਦਾ ਨਿਰਾਦਰ ਹੁੰਦਾ ਹੈ ਰਾਜੇ ਲਾਗੇ ਜੋ ਬੈਠਦੇ ਹਨ ਉਹ ਮੂਰਖ ਹਨ ਮਨੁੱਖ ਪਾਪਾਂ ਦਾ ਘਰ ਹੋ ਗਏ ਹਨ ਅਤੇ ਕੰਜੂਸ ਕੁਝ ਦਾਨ ਵੀ ਨਹੀਂ ਕਰਦੇ ਧਰਮ ਤੋਂ ਉਲਟ ਹੋ ਕੇ ਮੂਰਖ ਅੰਤ ਨੂੰ ਕਸ਼ਟ ਪਾਉਂਦੇ ਹਨ ਬ੍ਰਾਹਮਣ ਜਿਹੜੇ ਕਿਸਾਨਾਂ ਨਾਲ ਵਿਵਹਾਰ ਕਰਦੇ ਹਨ ਉਹਨਾਂ ਦਾ ਮਹਾਨ ਆਦਰ ਹੁੰਦਾ ਹੈ ਜਿਹੜੇ ਵੇਦ ਪਾਠ ਦੇ ਤਤ ਵਿਚਾਰਦੇ ਹਨ ਤੇ ਇਹਨਾਂ ਨੂੰ ਇਹ ਕਹਿੰਦੇ ਹਨ ਇਹ ਫਜ਼ੂਲ ਫਿਰਦੇ ਹਨ ਰਾਜੇ ਕਹਿੰਦੇ ਹਨ ਕਿ ਸਾਨੂੰ ਬੜੀ ਤੋਟ ਆਈ ਹੈ ਭਾਵ ਖਜ਼ਾਨੇ ਖਾਲੀ ਹਨ ਤੇ ਪ੍ਰਜਾ ਕਹਿੰਦੀ ਹੈ ਰਾਜੇ ਨੇ ਸਭ ਕੁਝ ਖੋ ਲਿਆ ਹੈ ਸੰਨਿਆਸੀ ਬਹੁਤ ਧਨ ਇਕੱਠਾ ਕਰਦੇ ਹਨ ਤੇ ਗ੍ਰਸਤੀਆਂ پاس ਵਸਤਰ ਤੇ ਭੋਜਨ ਦੀ ਘਾਟ ਹੈ ਹੋਰ ਗਿਣ ਕੇ ਕਿੱਥੋਂ ਤੱਕ ਸੁਣਾਵਾਂ ਮੇਰੇ ਸਮੇਂ ਜਿਸ ਤਰ੍ਹਾਂ ਦਾ ਪ੍ਰਭਾਵ ਹੈ ਸਤ ਤਪ ਵਰਤ ਧਰਮ ਅਤੇ ਜੋ ਪਾਸ਼ਨਾ ਹੈ ਇਹਨਾਂ ਸਭ ਦਾ ਇੱਕ ਵਾਰ ਵਿੱਚ ਹੀ ਨਾਸ ਕਰ ਸਕਦਾ ਹਾਂ ਜਿਸ ਤਰ੍ਹਾਂ ਕਰਤਾਰ ਭਗਵ ਗੁਰੂ ਜੀ ਦੀ ਆਗਿਆ ਹੈ ਉਸ ਤਰ੍ਹਾਂ ਹੀ ਹੋਵੇਗਾ हे ਪ੍ਰਭੂ ਜੀ ਹੁਣ ਜਿਸ ਤਰ੍ਹਾਂ ਵੀ ਆਪ ਬਚਨ ਕਰੋਗੇ ਮੈਂ ਉਹਨਾਂ ਨੂੰ ਮੰਨਾਂਗਾ ਮੈਂ ਆਪ ਜੀ ਦੀ ਆਗਿਆ ਅਨੁਸਾਰ ਰਹਾਂਗਾ ਤਦ ਹੀ ਮੈਥੋਂ ਕੁਝ ਭੇਟ ਲਵੋਗੇ ਸੋਨੇ ਦੇ ਮਹਿਲ ਅਤੇ ਮਹਾਨ ਧਨ ਜਦ ਲਵੋ ਤਾਂ ਮੈਂ ਬਹੁਤ ਪ੍ਰਸੰਨ ਹੋਵਾਂ ਗੁਰੂ ਜੀ ਇਹ ਸੁਣ ਕੇ ਮੁਸਕਰਾਏ ਪ੍ਰਸੰਨ ਹੋ ਕੇ ਤਦ ਉਹਨਾਂ ਨੇ ਆਪਣੇ ਬਚਨ ਕਹੇ ਸਭ ਯੁਗਾਂ ਤੋਂ ਵੱਡਾ ਤੇਰਾ ਤੇਜ ਹੋਵੇਗਾ ਇਹ ਮੇਰੇ ਬਚਨ ਪੂਰੇ ਹੋਣਗੇ ਤੇਰੇ ਸਮੇਂ ਵਿੱਚ ਕਰਤਾਰ ਦੀ ਕੀਰਤੀ ਹੋਵੇਗੀ ਅਤੇ ਉਸ ਦੀ ਮਹਿਮਾ ਅਪਾਰ ਵੱਧ ਜਾਏਗੀ ਜਿਹੜਾ ਮਨੁੱਖ ਸਤਜੋਗ ਵਿੱਚ 1 ਲੱਖ ਸਾਲ ਭੋਗਦਾ ਸੀ ਉਹੀ ਮਨੁੱਖ ਤ੍ਰੇਤੇ ਵਿੱਚ 10000 ਸਾਲ ਤੱਕ ਜਿਉਂਦਾ ਸੀ ਦਵਾਪਰ ਵਿੱਚ ਜਿਹੜੇ 1000 ਸਾਲ ਭੋਗਦੇ ਸਨ ਉਹ ਮਨੁੱਖ ਕਾਲਯੁਗ ਵਿੱਚ ਥੋੜੇ ਸਾਲਾਂ ਵਿੱਚ ਸਾਰਾ ਸੁਖ ਪ੍ਰਾਪਤ ਕਰ ਲਵੇਗਾ ਜਿਹੜਾ ਹਰੀ ਦੀ ਕੀਰਤੀ ਨਾਲ ਪ੍ਰੀਤ ਕਰੇਗਾ ਉਹ ਤਰੁੰਤ ਭਾਵ ਸਾਗਰ ਨੂੰ ਤਰ ਕੇ ਪਾਰ ਕਰ ਜਾਏਗਾ ਫਿਰ ਵੀ ਜੇ ਤੂੰ ਕੋਈ ਭੇਟ ਦੇਣੀ ਚਾਹੁੰਦਾ ਹੈ ਸੋਨੇ ਅਤੇ ਰਤਨਾ ਜਿਹੜੇ ਮੰਦਰ ਦੇਣਾ ਚਾਹੁੰਦਾ ਹੈ ਤਾਂ ਜਦ ਮੈਂ ਚੌਥੇ ਜਾਮੇ ਵਿੱਚ ਅਵਤਾਰ ਧਾਰਨ ਕਰਾਂਗਾ ਤਾਂ ਮਾਇਆ ਸਹਿਤ ਉਸ ਮੰਦਰ ਨੂੰ ਲੈ ਲਵਾਂਗਾ ਇਹ ਸੁਣ ਕੇ ਕਾਲਯੁਗ ਦਿਲ ਵਿੱਚ ਬਹੁਤ ਖੁਸ਼ ਹੋਇਆ ਤੇ ਗੁਰੂ ਜੀ ਦੇ ਚਰਨਾਂ ਤੇ ਬੰਦਨਾ ਕਰਕੇ ਬੋਲਿਆ ਮੈਂ ਤੁਹਾਡੀ ਸੰਗਤ ਦੇ ਨੇੜੇ ਨਹੀਂ ਜਾਵਾਂਗਾ ਹੋਰ ਦੰਬੀ ਜੀਵਾਂ ਨੂੰ ਦੁੱਖ ਦਿਆਂਗਾ ਜਿਹੜਾ ਸਿੱਖ ਤੁਹਾਡੇ ਬਚਨਾਂ ਦੀ ਕਮਾਈ ਕਰੇਗਾ ਉਸ ਉੱਤੇ ਮੇਰਾ ਕੋਈ ਵੀ ਵਾਸ ਨਹੀਂ ਚੱਲੇਗਾ ਪੇਟ ਦੇ ਕੇ ਅਤੇ ਗੁਰੂ ਜੀ ਤੋਂ ਵਰ ਲੈ ਕੇ ਅਤੇ ਉਹਨਾਂ ਦੇ ਚਰਨਾਂ ਤੇ ਸਿਰ ਧਰ ਕੇ ਚਲਾ ਗਿਆ ਜਿਹੜੇ ਗੁਰੂ ਜੀ ਦੀ ਬਾਣੀ ਨੂੰ ਪੜਨਗੇ ਅਤੇ ਸੁਣਨਗੇ ਅਤੇ ਹਿਰਦੇ ਵਿੱਚ ਸ਼ਰਧਾ ਧਾਰਨ ਕਰਨਗੇ ਉਹਨਾਂ ਉੱਤੇ ਕਾਲ ਯੁਗ ਦਾ ਕੋਈ ਪ੍ਰਭਾਵ ਨਹੀਂ ਪਵੇਗਾ ਇਸ ਤਰ੍ਹਾਂ ਗੁਰੂ ਜੀ ਜਿਹੜੇ ਪਰਉਪਕਾਰੀ ਲੋਕਾਂ ਦਾ ਉਧਾਰ ਕਰਨ ਆਏ ਸਨ ਉਹ ਅੱਗੇ ਚੱਲ ਪਏ ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ